ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਤੋਂ ਮਾਨ ਸਰਕਾਰ ਤੇ ਵਰੇ ਨੇ ਤੇ ਮਸਲਾ ਨਜਾਇਜ਼ ਮਾਈਨਿੰਗ ਦਾ ਐਨਜੀਟੀ ਤੱਕ ਉਹ ਜਾ ਚੁੱਕੇ ਨੇ ਤੇ ਹੁਣ ਇੱਕ ਵਾਰ ਮੁੜ ਤੋਂ ਉਹਨਾਂ ਨੇ ਮਾਨ ਸਰਕਾਰ ਨੂੰ ਘੇਰ ਲਿਆ। ਸਵਾਲ ਖੜੇ ਕੀਤੇ ਨੇ ਸੋਸ਼ਲ ਮੀਡੀਆ ਤੇ। ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟ ਪਾਈ ਤੇ ਲਿਖਿਆ, ਜਿੱਥੇ ਹੁੰਦੀ ਹੈ ਪਾਬੰਦੀ ਮਾਈਨਿੰਗ ਦੀ ਉੱਥੇ ਮੰਤਰੀ ਯਾਰ ਦੇ ਬੰਦੇ ਮਾਈਨਿੰਗ ਕਰਦੇ, ਮਾਨਯੋਗ ਹਾਈਕੋਰਟ ਤੇ ਐਨਜੀਟੀ ਦੇ ਹੁਕਮਾਂ ਦੀ ਕੌਣ ਕਰੇ ਪਰਵਾਹ ਜਦੋਂ ਮੰਤਰੀ ਦੀ ਹੋਵੇ ਸਲਾਹ। ਮਾਨਯੋਗ ਐਨਜੀਟੀ 'ਚ ਸ਼ਿਕਾਇਤ ਤੋਂ ਬਾਅਦ 7 ਸਟੋਨ ਕ੍ਰੈਸ਼ਰਾਂ ਨੂੰ ਬੰਦ ਕਰਨਾ ਰੂਪਨਗਰ ਜ਼ਿਲ੍ਹੇ 'ਚ ਪ੍ਰਮਾਣ ਹੈ ਕਿ ਭਗਵੰਤ ਮਾਨ ਸਰਕਾਰ ਡਰੀ ਹੋਈ ਹੈ ਅਤੇ ਮਾਈਨਿੰਗ ਮਾਫੀਆ ਨੂੰ ਪਹਿਲਾਂ ਸ਼ਹਿ ਦੇ ਰਹੀ ਸੀ ਅਤੇ ਮਾਈਨਿੰਗ ਮੰਤਰੀ ਦਾ ਮਾਈਨਿੰਗ ਮਾਫੀਆ ਦੇ ਘਰ ਜਾਣਾ ਸਰਕਾਰ ਦੀ ਮਾਫੀਆ ਨਾਲ ਗੰਢ ਧੁੱਪ ਸਿੱਧ ਕਰਦੀ ਹੈ। ਵੱਡੇ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਲਗਾ ਦਿੱਤੇ ਨੇ ਮਾਨ ਸਰਕਾਰ ਅਤੇ ਐਨਜੀਟੀ ਹੋ ਗਏ ਸਨ ਤਾਂ ਉਦੋਂ ਉਹਨਾਂ ਨੇ ਮਾਨ ਸਰਕਾਰ ਨੂੰ ਪਾਰਟੀ ਬਣਾਇਆ ਸੀ ਇਸ ਮਸਲੇ ਦੇ ਵਿੱਚ ਅਤੇ ਮਸਲਾ ਖਾਸ ਕਰਕੇ ਰੂਪਨਗਰ ਦਾ ਇਲਜ਼ਾਮ ਲਗਾਏ ਗਏ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ। ਹਾਲਾਂਕਿ ਮਸਲਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ, ਉੱਥੇ ਵੀ ਸਰਕਾਰ ਤੋਂ ਜਵਾਬ ਤਲਬੀ ਹੋ ਚੁੱਕੀ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਖਾਸਾ ਆਡਾ ਲਾਇਆ ਹੋਇਆ ਮਾਨ ਸਰਕਾਰ ਦੇ ਨਾਲ, ਸਵਾਲ ਪੁੱਛਦੇ ਨੇ ਅਤੇ ਹੁਣ ਇੱਕ ਵਾਰੀ ਉਹਨਾਂ ਨੇ ਮੁੜ ਤੋਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਅਤੇ ਮੰਤਰੀ 'ਤੇ ਗੰਭੀਰ ਇਲਜ਼ਾਮ ਲਗਾਏ।